ਕਹਿੰਦੇ ਪੰਜਾਬ ਤੇ ਹਰਿਆਣੇ ਦੀ ਟੱਕਰ ਹੈ, ਸਿਰੇ ਦਾ ਮੁਕਾਬਲਾ ਆਵੇਗਾ। ਦੋ ਕੋਟੀਆਂ ਤੇ ਤੀਜੀ ਮਿਸ, ਜਿਹੜੇ ਦੋ ਕੋਟੀਆਂ ਤੀਜੀ ਮਿਸ ਪਾਣੀ ਸਰਵਕੋਟ ਜੀ, ਦੋ ਹੀ ਕਬੱਡੀਆਂ ਪਾ ਸਕਦਾ ਠੇਠ ਪੰਜਾਬੀ ਦੇ ਵਿੱਚ, ਦੋ ਕਬੱਡੀਆਂ ਪਾ ਸਕਦਾ ਤੀਜੀ ਕਬੱਡੀ ਨਹੀਂ ਪਾ ਸਕਦਾ, ਦੋ ਕਬੱਡੀਆਂ ਪਾ ਸਕਦਾ ਤੀਜੀ ਨਹੀਂ ਪਾ ਸਕਦਾ। ਆਹ ਦੇਖ ਸਕਦੇ ਹਾਂ ਪਹਿਲੀ ਕਬੱਡੀ ਪਾਉਣ ਲਈ ਆਹ ਪਰਮਾਤਮਾ ਨੂੰ ਯਾਦ ਕਰਦੀ ਹੋਈ ਜਾਫਰਵਾਲ ਦੀ ਧਰਤੀ ਹੈ, ਆਹ ਜੱਸੀ ਕਬੱਡੀ ਪਾ ਰਹੀ ਹੈ ਕਿ ਸਭੇ ਰਹਿਮਤਾਂ ਤੇਰੀਆਂ ਪਲਹਾਰੇ ਜਾਈਏ, ਕਿਰਪਾ ਰੱਖੀ ਦਾਤਿਆ ਗੁਣ ਤੇਰੇ ਗਾਈਏ, ਆਹ ਭੱਲੇ 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 ਆਹ ਪਹਿਲੀ ਕਬੱਡੀ ਤੋਂ ਪਹਿਲਾਂ ਜੱਫਾ ਤਾੜੀ ਵੱਡੀ ਹਰੀ ਮਾਰ ਦਿਓ। ਐਨ ਕਹਿੰਦੇ ਸਿਰਾ ਕਰਾ ਦਿੱਤਾ, ਅਗਲੀ ਕਬੱਡੀ ਪਾਉਣ ਲਈ ਖਿਡਾਰਨ ਤਿਆਰ ਬਰ ਤਿਆਰ ਹੈ, ਬੋਲ ਵੀ ਸ਼ਾਂਤ ਦਰਾਏ ਤੇ ਹੋਰ ਗਏ ਤੁਲਸਾ ਨੇ ਜੱਫਾ ਲਾਤਾ ਤੇ ਗੱਲ ਹੋ ਗਈ ਹੈ ਮੇਰੇ ਸੱਚੇ ਪਾਤਸ਼ਾਹ ਦੀ। ਉਧਰਲੇ ਪਾਸੇ ਕਬੱਡੀ ਪਾਉਣ ਦੇ ਵਾਸਤੇ ਆਪਾਂ ਦੇਖਦੇ ਹਾਂ ਕੁੜੀ ਦਾ ਨਾਮ ਪਵਨ ਹੈ, ਹਰਿਆਣੇ ਨਗਰ ਦੀ ਗੱਲ ਹੁੰਦੀ ਹੈ, ਹਰਿਆਣਾ ਜਿਹੜਾ ਹੈ ਕਹਿੰਦੇ ਪਲੇਅਰਾਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰਦਾ ਹੈ। ਉਧਰਲੇ ਪਾਸੇ ਪਵਨ ਦੀ ਕਬੱਡੀ ਚਾਰ ਖੜੀ ਹੈ, ਇੱਕ ਪਾਸੇ ਸੁਖੀ ਲਿੱਦੜਾ ਹੈ, ਬਿਲਕੁਲ ਨਾਲ ਕਹਿੰਦੇ ਚੰਨੋ ਖੜੀ ਹੈ, ਪੀਤੋ ਖੜੀ ਹੈ, ਨਾਲ ਕਹਿੰਦੇ ਪੀਨੂ ਖੜੀ ਹੈ। ਜੱਫਾ ਮੈਨੂੰ ਲੱਗਦੀ ਗੱਲ ਸੁੱਖੇ ਵੀਰ ਲੱਗ ਜਾਣਾ ਹੈ ਕਿਉਂਕਿ ਸੁਖੀ ਦਾ ਨਾਮ ਬੜਾ ਭੈੜਾ ਹੈ। ਆਹ ਦੇਖੋ ਉਧਰਲੇ ਪਾਸੇ ਆਹ ਥੱਪੜੋ ਥੱਪੜੀ, ਉਹ ਪੱਲੇ 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 ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾ ਦਿੱਤੀ ਹੈ। ਐਨ ਕਹਿੰਦੇ ਮੇੜੋ ਮੇੜੀ ਹੁੰਦੀਆਂ ਜਵਾਨੀਆਂ ਬੱਲੇ ਬੱਲੇ ਹੁੰਦੀ ਹੋਈ ਮੇਰੇ ਸੱਚੇ ਪਾਤਸ਼ਾਹ ਜੀ। ਉਧਰਲੇ ਪਾਸੇ ਕਬੱਡੀ ਰਾਜੂ ਦੀ ਪੈ ਗਈ ਹੈ, ਰਾਜੂ ਦੀ ਕਬੱਡੀ ਦੇ ਮੂਹਰਲੇ ਪਾਸੇ ਚਾਰ ਖੜੀਆਂ ਹਰਿਆਣੇ ਵਾਲੀਆਂ। 1966 ਦੇ ਵਿੱਚ ਹਰਿਆਣਾ ਅੱਡ ਹੋਇਆ, ਉਹ ਗੱਲਾਂ ਹੋਈਆਂ ਮੇਰੇ ਮਿੱਤਰੋ। ਇਧਰਲੇ ਪਾਸੇ ਕਬੱਡੀ ਰਾਜੂ ਦੀ, ਹੁਣ ਆਹ ਦੇਖਾਂਗੇ ਗੋਪੀ ਨਕੋਤਰ ਵਾਲੀ ਹੈ, ਆਹ ਨਕੋਤਰ ਵਾਲੀ ਗੋਪੀ, ਪਰ ਸ਼ੇਰਾ ਸਾਡਾ ਭਰਾ ਨਹੀਂ ਬਣਦਾ, ਸ਼ੇਰਾ ਸਾਡਾ ਵੀਰ ਕਹਿੰਦਾ ਕਿ ਪੁਆਇੰਟ ਰੇਟਰ ਦੇ ਖਾਤੇ। ਅਗਲੀ ਕਬੱਡੀ ਪਾਉਣ ਦੇ ਵਾਸਤੇ ਚੱਬੇ ਵਾਲਾ ਦੇਖ ਉਧਰਲੇ ਪਾਸੇ, 12 ਨੰਬਰ ਕਿੱਟ ਹੈ, ਕੁੜੀ ਦਾ ਨਾਮ ਸੁਮਨ ਹੈ, ਸੁਮਨ ਗਿੱਲ ਦੀ ਕਬੱਡੀ, ਸੁਮਨ ਗਿੱਲ ਕਬੱਡੀ ਪਾਉਣ ਦੇ ਲਈ ਵਾਧੀ ਹੋਈ। ਇੱਕ ਪਾਸੇ ਕਹਿੰਦੇ ਚੰਨੋ ਹੈ, ਨਾਲ ਸੁਖਦੀਪ ਗਿੱਲ ਪਰਿਵਾਰ ਦੀ ਹੈ, ਪਿੱਤੂ ਨੂੰ ਕਹਿੰਦੇ ਜਤਿੰਦਰ ਯਾਲ ਨੇ ਐਕਟਿਵਾ ਦੇਣੀ ਹੈ, ਨਾਲ ਬਿੰਨੂ ਹੈ, ਪਰ ਆ ਕਹਿੰਦੇ ਗਿੱਲ ਪਰਿਵਾਰ ਦੀ ਸੁਖਦੀਪ ਕੌਰ ਹੈ, ਉਹ ਗੁੱਟ ਫੜਿਆ ਹੋਇਆ ਕਿ ਚੂੜੀਆਂ ਚੜਾਉਂਦਾ ਬੇਈਮਾਨ ਹੋ ਗਿਆ, ਮੇਰਾ ਗੁੱਟ ਨੇ ਛੱਡੇ ਵਣਜਾਰਾ, ਉਹ ਸੁਖਦੀਪ ਆਹ ਭੱਲੇ ਭੱਲੇ ਹੋ ਗਈ ਹੈ, ਉਹ ਮੈਂ ਵਿਖਾਈ ਸਵਾਦ ਉਹਦਾ ਤਾੜੀ ਵੱਡੀ ਹਰੀ ਮਾਰ ਕੇ ਦੱਸੋ, ਆਪਣੇ ਆਪ ਵੱਜਣੀਆਂ ਚੱਪੇ ਵਾਲਾ ਦੇਖੀ ਚੱਲ ਇਹ ਲਾਕਾ ਮਾਣ ਕਰਦਾ ਵੇਰ ਸੱਚੇ ਪਾਤਸ਼ਾਹ ਦੀ। ਉਧਰਲੇ ਪਾਸੇ ਕਬੱਡੀ ਪਾਉਣ ਦੇ ਵਾਸਤੇ ਕੁੜੀ ਦਾ ਨਾਮ ਜਿੱਦਰ, ਉਹ ਕਬੱਡੀ ਪੈ ਗਈ ਮੇਰੇ ਮਿੱਤਰੋ, ਲਓ ਕਬੱਡੀ ਕਬੱਡੀ ਵੱਡਾ ਭਰਾ ਸਾਡਾ ਉਹ ਵੱਡੇ ਮਾਣ ਪੁੱਜਦੇ ਕਰਦਾ ਹੈ, ਉਹ ਗੱਲਾਂ ਹੋਣਗੀਆਂ ਮੇਰੇ ਮਿੱਤਰੋ। ਸ਼ਮਸ਼ੇਰ ਪ੍ਰਧਾਨ ਸਾਡਾ ਵੀਰ ਮੇਰਾ ਸੱਚੇ ਪਾਤਸ਼ਾਹ ਦੀ ਲਵੀ ਚੱਪੇ ਵਾਲਾ ਕਬੱਡੀ ਪੈ ਗਈ ਹੈ, ਜਿੰਦਰ ਕਬੱਡੀ ਪਾ ਰਹੀ ਹੈ, ਲੈ ਨਕੋਦਰ ਵਾਲੀ ਗੋਪੀ ਦੇ ਬੜੇ ਚਰਚੇ ਹੈ, ਪਰ ਉਧਰ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਹੈ, ਸ਼ਮਸ਼ੇਰ ਸਿੰਘ ਜੀ ਲੋਪੋ ਕੇ ਪੁਆਇੰਟ ਜਿੰਦਰ ਦੇ ਖਾਤੇ ਹੈ, ਆਹ ਗਿੱਲ ਪਰਿਵਾਰ ਦੀਆਂ ਅੱਖਾਂ ਦਾ ਤਾਰਾ ਐਨ ਜਿੰਦਰ ਕਹਿੰਦੇ ਬੱਲੇ ਬੱਲੇ ਕਰਾ ਰਹੀ ਹੈ, ਖੇਡੇ ਨਿਊਜ਼ੀਲੈਂਡ ਦੇ ਵਿੱਚ ਚਰਚੇ ਹੋਇਆ ਇਸ ਟੀਮ ਦੇ ਐਨ ਦੁਨੀਆਂ ਦੇ ਵਿੱਚ ਚਰਚੇ ਹੈ, ਅਗਲੀ ਕਬੱਡੀ ਪਾਉਣ ਲਈ ਖੇਡ ਦੇ ਮੈਦਾਨ ਦੇ ਵਿੱਚ ਖਿਡਾਰਨ ਐਨ ਹਰਿਆਣੇ ਦੀ ਟੀਮ ਵੱਲੋਂ ਵਾਧੀ ਹੋਈ। ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਅੱਜ ਵਧਾਈ ਦੇ ਪਾਤਰ ਹੈ, ਐਨ ਵੱਡੀਆਂ ਰੌਣਕਾਂ ਨੇ ਉਧਰਲੇ ਪਾਸੇ, ਉਹ ਦੇਖਾਂਗੇ ਸਰਫਕੋਟ ਦਾ ਸੁੱਖਾ ਸਾਡਾ ਭਰਾ ਹੈ, ਕਹਿੰਦਾ ਕਿ ਪੁਆਇੰਟ ਜਿਹੜਾ ਰੇਟਰ ਦੇ ਖਾਤੇ ਆਏ, ਵਾਹਿਗੁਰੂ ਭਲਾ ਕਰੇ ਤੇ ਚੜ੍ਹਦੀ ਕਲਾ ਬਖਸ਼ੇ। ਉਧਰ ਅੰਮ੍ਰਿਤ ਬਟਾਲਾ ਗਰੀਸ, ਛੰਦਾ ਗਰੀਸ ਭਰਾ ਸਾਡਾ, ਰਾਜੂ ਠੱਠਾ ਗਰੀਸ ਲਾਈਵ ਜੁੜੇ ਬੈਠੇ ਸੁੱਖੇ ਵੀਰ, ਉਹ ਭਰਾ ਸਾਡਾ ਪੁੱਜ ਗਿਆ, ਗੱਲਾਂ ਹੋ ਗਈਆਂ। ਉਧਰਲੇ ਪਾਸੇ ਜੱਸੀ ਦੀ ਕਬੱਡੀ ਮੇਰੇ ਮਿੱਤਰੋ, ਇਹ ਜਫਰਵਾਲ ਪਿੰਡ ਹੈ, ਉਹ ਕੁੜੀ ਦਾ ਗੁਰਦਾਸਪੁਰ ਨਗਰ ਹੈ, ਮੁਰਲੇ ਪਾਸੇ ਚਾਰ ਖੜੀਆਂ ਹੁਣ ਮੇਰੇ ਮਿੱਤਰੋ, ਗੱਲ ਦੇਖਣ ਵਾਲੀ ਦੇਖਣ ਵਾਲੀ, ਉਹ ਗੋਪੀ ਨਕੋਦਰ ਵਾਲੀ, ਪਰ ਪੁਆਇੰਟ ਜੱਸੀ ਦੇ ਖਾਤੇ ਆਏ, ਸਾਡੇ ਭਰਾਵਾਂ ਦੇ ਇਸ਼ਾਰੇ ਆਏ, ਸ਼ੇਰੇ ਦੇ ਸ਼ੇਰਾ ਸਾਡਾ ਵੀਰ ਆਏ। ਹਾਂਜੀ ਰੀਪਲੇ ਇੱਕ ਦਿੱਤਾ ਜਾਵੇਗਾ ਬਸ, ਉਸ ਤੋਂ ਵੱਧ ਨਹੀਂ ਦਿੱਤਾ ਜਾਵੇਗਾ, ਚੇਤਾ ਰੱਖਿਓ ਰੀਪਲੇ ਜਿਹੜਾ ਹੈ ਸਿਰਫ ਇੱਕ ਦਿੱਤਾ ਜਾਵੇਗਾ। ਸਿੰਘ ਸਾਹਿਬ ਜਥੇਦਾਰ ਮਹਾਂਪੁਰਖ ਬਾਬਾ ਗੱਜਣ ਸਿੰਘ ਜੀ, ਦਲ ਪੰਥ ਮਿਸਲ ਸ਼ਹੀਦਾਂ ਤਰਨਾ ਦਲ, ਚਰਚੇ ਹੁੰਦੇ ਆ ਭੰਬੋਈ ਦੀ ਧਰਤੀ ਹੈ, ਮਹਾਂਪੁਰਖ ਆਏ ਹੋਏ ਆਪਾਂ ਜੀਆਂ ਨੂੰ ਆਖਦੇ ਹਾਂ। ਬਾਬਾ ਜੋਗਾ ਸਿੰਘ ਜੀ ਚੱਬੇ ਦੇ ਵਿੱਚ ਵੱਡੀਆਂ ਸੇਵਾਵਾਂ ਨੇ, ਉਹਨਾਂ ਮਹਾਂਪੁਰਖਾਂ ਦੀ ਦੇਣ ਮੇਰਾ ਸੱਚੇ ਪਾਤਸ਼ਾਹ ਦੀ ਸਵਾਲ ਆਉਂਦਾ ਤਾੜੀ ਵੱਡੀ ਹਰੀ ਮਾਰ ਕੇ ਦੱਸੇ ਕਰ।
ਉੱਪਰ ਹੱਥ ਨਾ ਛੱਡ ਦਿਓ ਭਰਾ ਵੀਰੋ ਉਹ ਹੱਥ ਨਾ ਛੱਡਿਓ ਹੱਥ ਪਾ ਕੇ ਰੱਖਿਓ ਇੱਕ ਦੂਜੇ ਦੇ ਹੱਥ ਨਾ ਭੇੜ ਲਓ ਉਧਰਲੇ ਪਾਸੇ ਰਾਜੂ ਦੀ ਕਬੱਡੀ ਮੇਰੇ ਮਿੱਤਰੋ ਉਹ ਕਬੱਡੀ ਪੈ ਗਈ ਕਬੱਡੀ 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 ਉਹ ਕਬੱਡੀ 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 ਬਜ਼ੁਰਗ ਬੈਠੇ ਆ ਉਹਨਾਂ ਨੂੰ ਪਤਾ ਪਹਿਲਾਂ ਤਾਂ ਦੀ ਕਬੱਡੀ ਸੀ ਪਰ ਇਧਰਲੇ ਪਾਸੇ ਚਰਚੇ ਹੋ ਗਏ ਮਿੱਤਰੋ ਅੱਠ ਨੰਬਰ ਕਿੱਟ ਹੈ ਕੁੜੀ ਦਾ ਨਾਮ ਤੁਲਸਾ ਹੈ ਨਗਰ ਹਰਿਆਣਾ ਹੈ ਉਹ ਚਰਚੇ ਹੋ ਗਏ ਉਹ ਤਾੜੀ ਪੱਤੀ ਤੁਲਸਾ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਲਾ ਅਗਲੀ ਕਬੱਡੀ ਪਾਉਣ ਵਾਲੀ ਖੇਡ ਦੇ ਮੈਦਾਨ ਦੇ ਵਿੱਚ ਹਰਿਆਣੇ ਵਾਲੇ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਲਈ ਤਿਆਰ ਬਰ ਤਿਆਰ ਹੈ ਐਨ ਕਹਿੰਦੇ ਖੇਡਾਂ ਦੇ ਵਿੱਚ ਮੋਹਰੀ ਆ ਹਰਿਆਣਾ ਤੇ ਅੱਜ ਕਹਿੰਦੇ ਅੰਦੋਲਨ ਦੇ ਵਿੱਚ ਵੀ ਮੋਹਰੀ ਹੈ ਉਹਨਾਂ ਐਲਾਨ ਕੀਤਾ ਕਿ ਖੱਟੜ ਦੀ ਰੈਲੀ ਨਹੀਂ ਹੋਣ ਦੇਣੀ ਤੇ ਬੱਬਰੂ ਵਾਲੇ ਕਹਿੰਦੇ ਬੋਲ ਪਗਾਏ ਆ ਪਰ ਹਰਿਆਣੇ ਵਾਲੀ ਕਬੱਡੀ ਪਾ ਰਹੀ ਹੈ ਪਿੱਤੂ ਲਾ ਜਫਾ ਮਾਨ ਸਨਮਾਨ ਇੱਕ ਹੋਣੇ ਆ ਲਾ ਜਫਾ ਦੁਨੀਆ ਨੂੰ ਦੱਸੀਏ ਇਹਦਾ ਨਾਂ ਪਿੱਤੂ ਹੈ ਸ਼ਕਰਪੁਰ ਦੇ ਵਿੱਚ ਕਹਿੰਦੇ ਇੱਕ ਪਾ ਦਿੱਤੀ ਜਾਣੀ ਹੈ ਪਰ ਉਧਰ ਪੁਆਇੰਟ ਹਰਿਆਣੇ ਦੇ ਖਾਤੇ ਆ ਜਤਿੰਦਰ ਯਾਲ ਮਾਨ ਕਰਦਾ ਕਹਿੰਦਾ ਆਪਾਂ ਪਿੱਤੂ ਦਾ ਸਨਮਾਨ ਸ਼ਕਰਪੁਰ ਦੇ ਖੇਡ ਵੇਲੇ ਤੇ ਐਕਟਵਾ ਦੇ ਨਾਲ ਕਰਾਂਗੇ ਐਕਟਵਾ ਦੇ ਨਾਲ ਕੀਤਾ ਜਾਣਾ ਵੀ ਪਾਣੀ ਪੂਜਦਾ ਕਰਦੇ ਵੀਰ ਜੀ ਬੇਨਤੀ ਹੈ ਬਾਬਾ ਜੀ ਬੇਨਤੀ ਹੈ ਕਿਰਪਾ ਕਰਕੇ ਪਾਣੀ ਪੂਜਦਾ ਕਰਿਓ ਕਿਰਪਾ ਕਰਕੇ ਉਧਰ ਵਾਰਸ ਅਜਨਾਲਾ ਟਰਾਂਸਪੋਰਟ ਵਾਲਾ ਭਰਾ ਸਾਡਾ ਲਾਈਵ ਜੁੜਿਆ ਬੈਠਾ ਛੋਟਾ ਭਰਾ ਸਾਡਾ ਆਇਆ ਹੋਇਆ ਫਿਰ ਸੱਚੇ ਪਾਤਸ਼ਾਹ ਦੀ ਉਹ ਕਬੱਡੀ ਪੈ ਗਈ ਉਧਰਲੇ ਪਾਸੇ ਕਬੱਡੀ ਪਾਈ ਹੋਈ ਹੈ ਉਹ ਚਾਰ ਖੜੀ ਹੈ ਮੁੰਡਾ ਦੇਖਾਂਗੇ ਹੁਣ ਉਹ ਚਰਚੇ 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 ਚੱਪੇ ਵਾਲਾ ਹੋਈ ਜਾਂਦੇ ਆ ਰਣਦੀ ਨਾਲ ਬਈ ਤਾੜੀ ਤੂੜੀ ਆਪੇ ਮਾਰਨੀ ਭੁੱਲਿਓ ਨਾ ਕਿਉਂਕਿ ਮੇਰ ਹੈ ਮਾਲਕ ਦੀ ਨਗਰ ਕਹਿੰਦੇ ਇਤਿਹਾਸਕ ਹੈ ਗੱਲਾਂ ਹੋਣਗੀਆਂ ਅੱਜ ਕੋਈ ਗੱਲ ਨੀ ਜਿੰਦਰ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਵੀਰ ਜੀ ਇੱਕ ਇੱਕ ਦਿੱਤਾ ਜਾਵੇਗਾ ਰੀਪਲੇ ਸੁੱਕੇ ਵੀਰ ਰੀਪਲੇ ਇੱਕ ਇੱਕ ਦਿੱਤਾ ਜਾਵੇਗਾ ਜਦੋਂ ਲੈਣਗੇ ਇੱਕ ਇੱਕ ਦਿੱਤਾ ਜਾਵੇਗਾ ਵੱਧ ਨਹੀਂ ਦਿੱਤਾ ਜਾਵੇਗਾ ਥੋੜਾ ਚੇਤਾ ਰੱਖਿਓ ਜੀ ਕਿਰਪਾ ਕਰਕੇ ਉਧਰ ਵੱਡੇ ਮਾਣ ਬਾਬਾ ਜੋਗਾ ਸਿੰਘ ਜੀ ਵੱਲੋਂ ਵੀ ਪੁੱਛਦੇ ਹੋ ਗਏ ਮੇਰੇ ਭਰਾ ਵੱਡੇ ਮਨਦੀਪ ਨਿੱਜਰ ਵੱਡਾ ਵੀਰ ਸਾਡਾ ਮਾਣ ਹੈ ਜ਼ਿੰਦਗੀ ਦਾ ਸਾਡੀ ਦਾ ਸੱਚੇ ਪਾਤਸ਼ਾਹ ਪਿਆਰ ਬਣਾ ਕੇ ਰੱਖੇ ਉਧਰਲੇ ਪਾਸੇ ਇੱਕ ਨੰਬਰ ਕਿੱਟ ਹੈ ਕੁੜੀ ਦੀ ਉਹ ਕਬੱਡੀ ਪੈ ਗਈ ਕੁੜੀ ਦਾ ਨਾਮ ਪਵਨ ਆ ਪ੍ਰੀਤ ਹੰਸ ਦੇ ਪਿੰਡ ਦੀ ਹੈ ਕੁੜੀ ਇਹ ਰਾਜੇ ਲਿੱਤਰ ਦੇ ਪਿੰਡ ਦੀ ਹੈ ਕੁੜੀ ਨਾਮ ਕੁੜੀ ਦਾ ਸੁਖੀ ਹੈ ਉਹ ਪੱਲੇ 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 ਉਹ ਤਾੜੀ ਤਾੜੀ ਪੱਤੀ ਵਰ ਮਿੱਤਰੋ ਉਹ ਹੋ ਗਏ ਚਰਚੇ ਉਹ ਮੇਲਾ ਭੱਜ ਗਿਆ ਮੇਲਾ ਭੱਜ ਗਿਆ ਉਹ ਮੇਲਾ ਭੱਜ ਗਿਆ ਮੇਰੇ ਮਿੱਤਰੋ ਉਹ ਤਾੜੀ ਮਾਰਦੇ ਜ਼ੋਰਦਾਰ ਸਰਵਕੋਟ ਦਾ ਸੁੱਖਾ ਇਸ਼ਾਰੇ ਕਰਦਾ ਹੈ ਕਿ ਪੁਆਇੰਟ ਜਿਹੜਾ ਹੈ ਚਾਫੀਆਂ ਦੇ ਖਾਤੇ ਚੱਪੇ ਪੁਆਇੰਟ ਕਹਿੰਦੇ ਸੁਖਦੀਪ ਦੇ ਖਾਤੇ ਹੈ ਗਿੱਲ ਪਰਿਵਾਰ ਦੀ ਸੁਖਦੀਪ ਹੈ ਇੱਕ ਤਗੜੇ ਪੈਣ ਦਾ ਵਾਅਦਾ ਕਰ ਗਿਆ ਹੈ ਜਫਰਵਾਲ ਦੀ ਧਰਤੀ ਦੀ ਜੱਸੀ ਕਬੱਡੀ ਪਾਉਣ ਲਈ ਚਾਰ ਬਰ ਤਿਆਰ ਹੈ ਮੁੱਠੀ ਪਰ ਸਰੀਰ ਹੈ ਪਰ ਚੋਟੀ ਦੀਆਂ ਕਬੱਡੀਆਂ ਪਾਉਣ ਦਾ ਦਮ ਰੱਖਦੀ ਹੈ ਲਾ ਕਹਿੰਦੇ ਜੱਸੀ ਦੀ ਪੈਂਦੀ ਹੋਈ ਕਬੱਡੀ ਹੈ ਉਧਰ ਚਾਰ ਹੈ ਲਾ ਵੀ ਨਕੋਦਰ ਵਾਲੀਆਂ ਚਰਚੇ ਹੁੰਦੇ ਆ ਜਫੇ ਲਾਉਣੇ ਪੈਣੇ ਆ ਆਹ ਨਕੋਦਰ ਵਾਲੀ ਗੋਪੀ ਹੈ ਦੇਖਾਂਗੇ ਕੌਣ ਜਫਾ ਲਾਉਂਦਾ ਪਰ ਉਧਰ ਪੱਲੇ 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 ਹੁੰਦੀ ਹੋਈ ਆਹ ਇੱਕ ਪਾਸੇ ਗੋਪੀ ਹੈ ਇੱਕ ਪਾਸੇ ਜੱਸੀ ਹੈ ਘੜੀ ਦੀਆਂ ਸੂਈਆਂ ਟਿੱਕ 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 ਵਾਹਿਗੁਰੂ ਭਲਾ ਕਰੇ ਬੇਰ ਸੱਚੇ ਪਾਤਸ਼ਾਹ ਦੀ ਉਹ ਵਾਹਿਗੁਰੂ ਭਲਾ ਕਰੇ ਭਾਈ ਅਮਰਦਾਸ ਸਾਹਿਬ ਉਹ ਤਾੜੀ ਵੱਜੀ ਹੈ ਪਿਆਰ ਦੇ ਨਾਲ ਆਰਾਮ ਨਾਲ ਬੈਠਣਾ ਮੇਰੇ ਭਰਾ ਸਾਰੇ ਸਤਿਕਾਰ ਦੇ ਯੋਗ ਨੇ ਵਾਹਿਗੁਰੂ ਭਲਾ ਕਰੇ ਉਧਰ ਗੋਪੀ ਨਕੋਦਰ ਪਿਆਰ ਦੇ ਨਾਲ ਕਮਲੀਓ ਪਿਆਰ ਦੇ ਨਾਲ ਭਾਵੇਂ ਮਿਰਚਾਂ ਵੇਚ ਲਓ ਗੁੱਸੇ ਵਾਲੇ ਬੰਦੇ ਦੀ ਖੰਡ ਨਹੀਂ ਵਿਕਦੀ ਇਹ ਗੱਲ ਪੱਕੀ ਹੈ ਮੇਰੀ ਉਹ ਭੈਣੋ ਇੱਕ ਮਿੰਟ ਬੇਨਤੀ ਸੁਣ ਲਓ ਤੁਹਾਡੀ ਆਪੋ ਜੀ ਜੋ ਮਰਜ਼ੀ ਟੀਮਾਂ ਦੀ ਰੰਜਿਸ਼ ਪਾਸ਼ੀ ਆ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਨਹੀਂ ਆਏ ਮੈਚ 'ਚ ਠੀਕ ਆ ਜੇ ਗੋਤੋਂ ਫੜੀ ਟੀ ਸ਼ਰਟ ਫੜੀ ਅਸੀਂ ਫੌਲ ਦੇਣਾ ਜੇ ਤੁਸੀਂ ਮੈਚ ਖੇਡਣ ਦੀਆਂ ਜੇ ਪਿਆਰ ਨਾਲ ਕੋਈ ਗੱਲ ਨਹੀਂ ਤੁਹਾਡੇ ਵਾਲੀ ਅਸੀਂ ਹੁਣ ਫੌਲ ਦੇਣੇ ਆ ਹੁਣ ਕੋਈ ਨਹੀਂ ਜੇ ਕਹਿੰਦੇ ਅਸੀਂ ਜਿੱਕ ਜਿੱਕ ਲੈਣੀ ਜੋ ਇੰਟਰ ਦਾ ਰੂਲ ਉਹ ਚੱਲਣੇ ਬਿਲਕੁਲ ਸਹੀ ਗੱਲ ਇਹਦੀ ਗੋਤ ਫੜੀ ਕਹਿੰਦੇ ਜੱਫਾ ਦੇ ਦਿਓ ਪੁਆਇੰਟ ਤੇ ਆਪਾਂ ਬਹਿਸਬਾਜ਼ੀ ਨਹੀਂ ਕਰਨੀ ਇਹ ਕੰਮ ਨਹੀਂ ਜਿਹੜਾ ਦੇਖੋ ਕਿੰਨੀ ਜਗ੍ਹਾ ਹੈ ਸੰਗਤ ਵੇਖਣ ਆਈ ਆ ਕੋਈ ਰੰਜਿਸ਼ਬਾਜ਼ੀ ਨਾ ਕਰੋ ਕਿਰਪਾ ਕਰਕੇ ਸੁੱਕੇ ਵੀਰ ਕੋਈ ਚੱਕਰ ਨਹੀਂ ਵਾਹਿਗੁਰੂ ਭਲਾ ਕਰੇ ਪਿਆਰ ਦੇ ਨਾਲ ਕੁੜੀਓ ਹੁਣ ਥੋੜਾ ਧਿਆਨ ਨਾਲ ਪਿਆਰ ਦੇ ਨਾਲ ਕੋਈ ਗੱਲ ਨਹੀਂ ਪਿਆਰ ਕਰਨੀ ਲਓ ਉਧਰਲੇ ਪਾਸੇ 9 ਨੰਬਰ ਕਿੱਟ ਹੈਪੀ ਦੀ ਕਬੱਡੀ ਲਵੇ ਬਾਬਾ ਜੋਗਾ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਇੱਕ ਬੇਨਤੀ ਆਪਾਂ ਪਾਣੀ ਜ਼ਰੂਰ ਪਾਇਦਾ ਕਰ ਦਈਏ ਸ਼ਮਸ਼ੇਰ ਸਿੰਘ ਜੀ ਜਲਦੀ ਥੋੜੀ ਜੀ ਉਧਰ ਫੜਿਆ ਹੋਇਆ ਗੁੱਟ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੀ ਹੁਣ ਛੁੱਟ ਹੈ ਪਰ ਪੁਆਇੰਟ ਕਹਿੰਦੇ ਰੇਡਰ ਦੇ ਖਾਤੇ ਹੈ ਪੁਆਇੰਟ ਹਰਿਆਣੇ ਦੇ ਖਾਤੇ ਹੈ ਅਗਲੀ ਕਬੱਡੀ ਪਾਉਣ ਲਈ ਰਾਜੂ ਤਿਆਰ ਪਰ ਤਿਆਰ ਹੈ ਫੋਟਿਆਂ ਨੂੰ ਕਲੀ ਲਈ ਹੈ
हड़वे बाबला हड़वे मेरा बाजे साक ना करवे इथों दे जट मुरे सुनी दे ऊठा नू पौंदे खलवे खलता मेथों कुट्टी ना जांदी एक गुट्टो लैंदे फड़वे मेरा उड्डे डोरिया महिला वाले करवे पर इधरले पासे देखांगे हुण ए ओ बेला पचा पिया है मेरे सचे पाशा दी के खड़े तेनू पिट लिया सप लिए लीके नी आ फौजदारी केस विच पैंदी है तरीके नी फौजदारी केस विच पैंदी है तरीके नी इधर पंजाब पुलिस वाला हसदा थोड़ा थोड़ा जिहा कि औखी गल है फौजदारी केस वाहिगुरु भला करे बीमारी अते मुकदमे तो बचा के रखे सब नू पर इधरले पासे देखांगे कबड्डी कहिंदे कमल बॉक्सर दी पैगी है फिर उतरो सुमन बॉक्सर आए पर उतरले पासे पीरू दूजे पासे कमल पले पले एक पासे पंजाब है दूजे पासे हरियाणा है ਬਈ ਪਾਣੀ ਪੂਜਾ ਕਰਦੀ ਵੀਰ ਜੀ ਕਿਰਪਾ ਕਰਕੇ ਵੇਣ ਵੱਧ ਲੈ ਕੇ ਆਪਣਾ ਬੜਾ ਇਹ ਤਾਂ ਸ਼ੁਰੂਆਤ ਹੈ ਇਹ ਤਾਂ ਟ੍ਰੇਲਰ ਆ ਫਿਲਮ ਅਜੇ ਬਾਕੀ ਆ ਆ ਦੇਖੀ ਚਲੋ ਸੈਕਿੰਡ ਹਾਫ ਤੱਕ ਕੀ ਕੁਝ ਹੁੰਦਾ ਐਨ ਅੱਗ ਨਿਕਲਣੀ ਆ ਪੂਰੀ ਮੈਚ ਦੇ ਵਿੱਚ ਜਿੰਦਰ ਕਬੱਡੀ ਬੋਰਡ ਲਈ ਤਿਆਰ ਬਰ ਤਿਆਰ ਹੈ ਜਿੰਦਰ ਕਬੱਡੀ ਪਾ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਐਨ ਦੋ ਤਿੰਨ ਥਾਪੀਆਂ ਮਾਰੀਆਂ ਥਾਪੀਆਂ ਨੀ ਮਾਰੀਆਂ ਚਾਰੇ ਭੈਣਾਂ ਨੂੰ ਮੰਗਾ ਰਿਹਾ ਕਿ ਆ ਜਾਓ ਦਿੰਦੇ ਆ ਮਰ ਕੇ ਬਾਜਰਾ ਖੇਡ ਦੇ ਮੈਦਾਨ ਦੇ ਵਿੱਚ ਟੱਕਰ ਤੇ ਪਰ ਪੁਆਇੰਟ ਜਿੰਦਰ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਅਗਲੀ ਕਬੱਡੀ ਪੈਂਦੀ ਹੋਈ ਤੇ ਬੋਲ ਦੁਦਰਾਏ ਵਾਲੇ ਵੀ ਸ਼ਾਲ ਦੇ ਹੋੜ ਗਏ ਉੱਧਰਲੇ ਪਾਸੇ ਬਿਆੰਤ ਦੀ ਕਬੱਡੀ ਹੈ ਕਬੱਡੀ ਕਹਿੰਦੇ ਹਰਿਆਣੇ ਵਾਲੀ ਦੀ ਆ ਕਹਿੰਦੇ ਗੱਲਾਂ ਹੋਈਆਂ ਖੱਟਰ ਸਰਕਾਰ ਦੀਆਂ ਜਿੰਨੀਆਂ ਲਾਣ ਤਾਂ ਉਹਨੇ ਖੱਟੀਆਂ ਜਿੰਨੀਆਂ ਲਾਣ ਤਾਂ ਮੋਦੀ ਨੇ ਖੱਟੀਆਂ ਖਬਰੇ ਸ਼ਾਇਦ ਕੋਈ ਹੋਰ ਖੱਟੂ ਗੱਲ ਮੁਸ਼ਕਲ ਹੈ ਪਰ ਇਧਰਲੇ ਪਾਸੇ ਲਿੱਤੜ ਪੜਦੀ ਸੋਖੀ ਪੱਲੇ 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 ਤਾੜੀ ਬਾਰੇ ਕੀ ਖਿਆਲ ਤਾੜੀ ਬਾਰੇ ਪਰਿਵਾਰ ਦੀ ਸੁਖੀ ਨੇ ਸੁਖਦੀਪ ਸੁਖਦੀਪ ਲਿੱਤੜ ਵਾਲੀ ਸੁਖਦੀਪ 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 ਬੱਲੇ ਬੱਲੇ ਕਰਾ ਦਿੱਤੀ ਹੈ ਐਣ ਕਹਿੰਦੇ ਜਫਾ ਨੀ ਲਾਇਆ ਜਫਾ ਤੁੰਨ ਕੇ ਲਾਇਆ ਐਣ ਬੱਲੇ ਬੱਲੇ ਕਰਾਈ ਹੈ ਬਈ ਸੁਖੀ ਦੇ ਜਫੇ ਵਧੀਆ ਲੱਗਦੇ ਤਾਂ ਤਾੜੀ ਪੱਟੀ ਸਾਰੀ ਮਾਰ ਕੇ ਦੱਸੋ ਪੱਟੀ ਸਾਰੀ ਮਾਰਦੇ ਉਧਰਲੇ ਪਾਸੇ ਕਬੱਡੀ ਚੱਸੀ ਦੀ ਹੈ ਜਫਰਵਾਲ ਨਗਰ ਹੈ ਗੁਰਦਾਸਪੁਰ ਦਾ ਕਹਿੰਦੇ ਵੱਡਾ ਪਿੰਡ ਹੈ ਚਰਚੇ ਉਸ ਨਗਰ ਦੇ ਪ੍ਰੀਤ ਹੁਣੀ ਸਾਡੇ ਭਰਾ ਸੁਪੜਦੇ ਹੈ ਅਵੀ ਜਫਰਵਾਲ ਵਰਗੇ ਹਰਜਾਪ ਕਾਲੋ ਵਰਗੇ ਪਰ ਇਧਰਲੇ ਪਾਸੇ ਜੱਸੀ ਦੀ ਕਬੱਡੀ ਦੇ ਕਿੱਟਾ ਫੜ ਕੇ ਕਰਤੀ ਟਰਾਈ ਲਓ ਇਧਰਲੇ ਪਾਸੇ ਸੱਜੇ ਖੱਪੇ ਤਾਏ ਬਾਏ ਲੈਫਟ ਰਾਈਟ ਕਹਿੰਦੇ ਰੇਡਰ ਦੇ ਖਾਤੇ ਹੈ ਸਿੰਘ ਸਾਹਿਬ ਜਥੇਦਾਰ ਮਹਾਂਪੁਰਖ ਬਾਬਾ ਗੱਜਣ ਸਿੰਘ ਜੀ ਦਲ ਪੰਥ ਮਿਸ਼ਨ ਸ਼ਹੀਦਾਂ ਤਰਨਾ ਦਲ ਜਿਸ ਦਲ ਪੰਥ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਨੋ ਸਿੰਘ ਜੀ ਐਨ ਚਰਚੇ ਹੁੰਦੇ ਆ ਬਾਬਾ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਗਾਉਂਗਾ ਮਾਲੇ 11 ਤਰੀਕ ਨੂੰ ਬਾਬਾ ਬਵਕਾਲਾ ਸਾਹਿਬ ਦੀ ਧਰਤੀ ਬਾਬਾ ਪਾਲਾ ਸਿੰਘ ਜੀ ਯਾਦ ਦੇ ਵਿੱਚ ਵੱਡਾ ਖੇਡ ਮੇਲਾ ਆਵੇਗਾ ਸਰਵਕੋਟੀਆ ਸੁੱਖਾ ਸੱਦੇ ਦੇ ਰਿਹਾ ਕਗਣ ਆਸਟ੍ਰੇਲੀਆ ਸੱਦੇ ਦੇ ਰਿਹਾ ਸ਼੍ਰੀ ਮਾਨ ਸੰਤ ਬਾਬਾ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਕਬੱਡੀ 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 ਵੇਲਾ ਪੱਜ ਗਿਆ ਮਨਦੀਪ ਵੀਰ ਮੇਰ ਵਿਖਾਰੀ ਦਾ ਵੇਲਾ ਪੱਜ ਗਿਆ ਬਾਬਾ ਜੋਗਾ ਸਿੰਘ ਜੀ ਖੁਸ਼ ਨੇ ਮਨਦੀਪ ਸਾਡਾ ਵੀਰ ਖਜਾਨਚੀ ਆ ਸ਼ਮਸ਼ੇਰ ਸਿੰਘ ਪ੍ਰਧਾਨ ਸਾਡਾ ਵੀਰ ਖੁਸ਼ ਨੇ ਸਾਰੇ ਪ੍ਰਧਾਨ ਵੇਲਾ ਪੱਜਿਆ ਵੇਲਾ ਪੱਜਿਆ ਥੋੜਾ ਜਿਹਾ ਜਲਦੀ ਕਰ ਲਈਏ ਪਾਣੀ ਵਗਾਲੀ ਪਾਣੀ ਪੈਦਾ ਕਰ ਦਈਏ ਪਾਣੀ ਪੈਦਾ ਕਰ ਦਈਏ ਬੇਨਤੀ ਆ ਬੇਨਤੀ ਚਲੋ ਤੇਰੇ ਪਾਸੇ ਕਬੱਡੀ ਰਾਜੂ ਦੀ ਹੈ ਚਾਰ ਖੜੀਏ ਨਕੋਦਰ ਆ ਜਾਂ ਤੇਰਾ ਨਾਮ ਵੱਡਾ ਹੈ ਜੇ ਤੂੰ ਜੱਫਾ ਲਾਵੇ ਗੱਲ ਬਣ ਜੇ ਇੱਕ ਪਾਸੇ ਤੋਸਾ ਖੜੀ ਹੈ ਦੂਜੇ ਪਾਸੇ ਕੋਪੀ 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 ਤੇ ਰਾਜੂ ਪਰ ਪੁਆਇੰਟ ਜਿਹੜਾ ਰਾਜੂ ਦੇ ਖਾਤੇ ਆਏ ਹਰਿਆਣੇ ਵਾਲੀ ਛੋਰੀ ਦੇ ਖਾਤੇ ਹੈ ਲੈ ਵੀ ਚੱਕ ਲਿਆ ਵੀ ਚੱਪੇ ਵਾਲਾ ਮਾਈਕ ਉਧਰਲੇ ਪਾਸੇ ਕੁੜੀ ਦਾ ਨਾਮ ਸੁਮਨ ਹੈ ਇਹ ਬੌਕਸਿੰਗ ਵੀ ਕਰਦੀ ਹੈ ਕੁੜੀ ਲਾ ਸੁਮਨ ਕਬੱਡੀ ਪਾਉਣ ਦੇ ਤਿਆਰ ਪਰ ਤਿਆਰ ਆ ਤਜਰਬੇਕਾਰ ਖਿਡਾਰਨ ਕਿ ਬੁੱਤਾਂ ਵਾਂਗੂ ਜਿੱਤ ਨਾ ਕਰਦੀਆਂ ਅੱਗੇ ਹੋ ਹੋ ਰਹਿਣ ਮਰਦੀਆਂ ਫਿਰ ਵੀ ਕਹਿਣ ਨਕੰਬੀਆਂ ਨੀ ਮਹਿਤੀ ਆ ਝਿੜਕਾ ਖਾਣ ਨੂੰ ਜੰਮੀਆਂ ਨੀ ਮਹਿਤੀਆਂ ਝਿੜਕਾ ਖਾਣ ਨੂੰ ਜੰਮੀਆਂ ਖੇਡ ਦੇ ਮੈਦਾਨ ਦੇ ਵਿੱਚ ਖੇਡ ਦੇ ਮੈਦਾਨ ਦੇ ਵਿੱਚ ਉੱਧਰ ਫੜਿਆ ਹੋਇਆ ਗੁੱਟ ਹੈ ਕਿ ਚੂੜੀਆਂ ਚੜਾਉਂਦਾ ਬੇਈਮਾਨ ਹੋ ਗਿਆ ਮੇਰਾ ਗੁੱਟ ਨਾ ਛੱਡੇ ਬਣ ਜਾ ਰਿਹਾ ਸੁੱਖੀ ਸੁਮਣ ਸੁੱਖੀ ਤੇ ਸੁਮਣ ਘੂਰ ਵੈਰੀਆ ਘੂਰ ਪੇਕੇ ਤੱਕੜੀ ਦੇ ਬੜੀ ਦੂਰ ਨਾ ਘੂਰ ਵੈਰੀਆ ਘੂਰ ਪੇਕੇ ਤੱਕੜੀ ਦੇ ਬੜੀ ਦੂਰ ਅਗਲੀ ਕਬੱਡੀ ਜਿੰਦਰ ਪਾ ਰਹੀ ਆ
जिंदर देखा जिंदर तो कौन जफा लगता गोपी ट्राई करके देख दुनिया चाहती है कि जिंदर की टी शर्ट मिट्टी नहीं लगी पर उधर कहते गुट फड़े एक पासे पची आरा दूजे पासे नाड़िया परमात्मा की मेहर है कृपा जिंदर से घाटी जफे लगते वाहगुरु मेहर करे दिन दुगनी रात चौगड़ी तरक्की बख्शे रविशाल चक मैच तक करगल बजी कबड्डी दे पासे हैप्पी दी कबड्डी है हैप्पी दी कबड्डी औत सदके बल्ले बल्ले पूरी है उधरले पासे कहंदे चन्नो खड़ी है दूजी कनी दे पी तू खड़ी है आओ सर्व कोर्ट दा सुका इशारे करदा है कि पॉइंट ट्रेटर दे खाते है पानी पूजदा करता धन्यवाद है बड़े वीर जी उन्हां दा आप लैके आ गए है भरा साडे आप पानी लैके आ गए है कृपा है सच्चे पातशाह दी कबड्डी चस्सी दी है चस्सी दी कबड्डी मूरले पासे चार खड़ी है नकोतर वाली खड़ी है तुलसा खड़ी है हुण जफा कौन लाउंदा पाता समे दियां लो उतरले पासे पंज नंबर किट ओ कुड़ी दा नाम करमी है देखांगे चस्सी ते करमी ओ करमी दे चस्सी दे करमी करमी दे चस्सी दे करमी ओ करमी दे चस्सी ओ ताड़ी वड्डी सारी ओ इक बेनती है इत्थे जी इक मिनट बेनती है जदों इवें दा पोजीशन हुंदी है प्लेयर कृपा करके लाग के ना आया करो प्लेयर थोड़ी जी ग्राउंड क्लीयर रहण दिया करिए सानू पता है जोर बड़ा लग रहा है मैं पहला दसिया है जिन्ना तुसी एक मिनट विशाल जिन्ना तुसी ता भंडा रहे हो गर्मी सेक रहे हो बाबा जोगा सिंह होना ने ओ टीमा सतिया है भी गर्मी भुल जानी है एंड भंगड़े पैन लग पे भंगड़े पैन लग पे है लाभ कबड्डी खेड के मैदान है एक पासे चन्नो है नाल सुखदीप है आओ खेड के मैदान टच 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 सर्ब कोटिया सुखा कहता नहीं लग्या सर्ब कोटिया सुखा कहता टच नहीं लग्या टच नहीं लग्या आओ पितू बलो 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 कि तेरे गुट ते लिखा सरनामा पड़ेगा तो याद करेगा पढ़ेगा तो याद करेगा और पॉइंट रीप्ले 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 प्यार दिनाल रीप्ले प्यार दिनाल काली काली ना करे करो भाई काली ना करे करो प्यार दिनाल रीप्ले या सर्व कोटिया सुखा कहता रीप्ले है रीप्ले पॉइंट होल्ड कर दियो क्योंकि बड़े सुलझे हुए ऑफिशियल है लड़कियां ने मैच दे बीच में दे पटाके पहनते हैं पर आज लड़कियां ने भी आगे कट दी है गर्मी भी बहुत है हर कहते बढ़िया मुकाबला खेडिया जा रहा है और राजू कबड्डी पाने लिए तैयार पर तैयार है राजू कबड्डी पा रही है पंबोई की धरती है बाबा जगीर सिंह जी बाबा सुखा सिंह जी पुजे हुए हैं और खेड़ के मैदान पर राजू एक तकड़े पैण का वादा कर गई है बाबा नोह सिंह जी समाध देते बाबा जोगा सिंह जी दड़िया सेवावान ने बैठे हुई है महापुरुष गल करते होंगे कि नगर पंबोई है तो पंबोई के भी जाने का बहुत बार मौका मिले जब महापुरुख पड़ा कराते हैं कबड्डी कराते हैं घोड़ दौड़ कराते हैं अच्छ पंबोई वाले महापुरख आ पाए हैं पैंती कबड्डी के बोल तो दराज वाले विशाल हो गए कबड्डी पई हुई है और चार खड़िया कुड़िया बद बद के टुट टुट के पैदा है यह प्रिंस बड़ैच के एरिए की कुड़ी है यह लिदड़ वाले राजे के पिंड की कुड़ी है और जिन्हे जत्था लाता मेरे मित्रो ताड़िया पे बजदियां चप्पे वाले कहना नहीं पैंता सुखदीप है सुखदीप जिन्हें बल्ले बल्ले करा दिती है सुखदीप हाफ समा आ गया मुकाबले का जी हाफ समा हाफ समय तक जिन्होंने खेड बढ़िया लगी ताड़ी वड्डी सारी मार दो हुण हाफ समय अमृत सिंह जी निजर सतनाम सिंह जी निजर सरदार चरणजीत सिंह जी इन्हां सारियां शख्सियतां दा बहुत वड्डा धन्नवाद है कि साधु संत फकीर खुदा दे असली मर्द सियाने एक बारी बोल जो मुंह चो निकल गए ओ बरथे नहीं जाने अज वड्डा प्यार जिहड़ा इस धरती ते कबड्डी नूं दित्ता जा रहा है जिहड़े ते मावां नूं प्यार करदे है धीआं नूं प्यार करदे आ अपनी भैण नूं प्यार करदे है एक वारी ना धीआं लई ताली जोरदार मारनगे क्योंकि कुड़ियां चिड़ियां ने पर नहीं होंदे कुड़ियां दे ओ पेके सहरे होंदे ने पर घर नहीं होंदे कुड़ियां दे ऐन कहंदे चोटी दा मैच महर बुखारी दी धरती है अजे कहंदे ट्रेलर है बाद दे विच अगला मैच भी बहुत तगड़ा खेडिया जाएगा बैस्टां नूं कहंदे आ लीडियां दित्तियां जाणगियां वड्डे प्यार वड्डे सत्कार दित्ते जाणे एक पासे बे ओपलांटी कबड्डी क्लब न्यूजीलैंड मेरे तो सज्जे खब्बे हाथ टीम जिहड़ी है ये पंजाब दी ते लज्जणा वाली सुखी लैके आई है ते मेरे तो सज्जे हाथ टीम जिहड़ी है ना ये गोपी नकोदर वाली ओ हरियाणे दी टीम लैके आई है टीम काजी
और कुड़ी ने बम भी खड़ा किया कि कुड़ी ने बम भी खड़ा किया। बड़ा मैच है कबड्डी का, तकड़ा मैच है कबड्डी का। मैं दर्शक वीरों दस देवा कि साढ़े तेरह केड़े पासे है कि साढ़े तेरह ते सोलह वड्डा मैच है। मालवा टीवी वालिया कदे उन्नी की ना हो जाए। वाह पी वाह, बड़ा प्यार कबड्डी नूं, बड़ा सत्कार दिता जा रहा है। मीनू भी आई है अज कबड्डी दे नाल। लो जी पंजाब दी टीम दे जिहड़े वो सतारा पॉइंट वा, ते हरियाणे दी टीम गोपी नकोदरवल दी टीम दे वो तेरह पॉइंट वा, ते बाबे नानक ने सुल्तानपुर लोधी दी धरती ते तेरह तेरह कह के सौदे किते है। तेरह दे विच बड़ी निम्रता है, बड़ी बरकता है मेरे वीरो कि बाबे नानक ने तेरह तेरह कह के सच्चे सौदे किते तेरे वाले आ। कर गल पंजाब दियां शेर बच्चियां दे, साथों पहला मेरा बड़ा वीर रमन जब्बा ते नाल एडवोकेट वसाल दजराए जी, मैं दिलों धन्यवाद करांगा। बड़े वधिया बुला रहे भरावां ने सांझ पाई ते मैक ते साडा भरा ते कहिंदे कबड्डी हरियाणे दी तरफों पै गई है। मेरे वीरो पवन जी पई हो रेड दे उपर, चार तैयार ने पहली कहिंदे कहिंदे पीतुआ ओ सामने कहिंदे बीनू भिड़पे वाली ने ट्राई की पर टेक्निकल पॉइंट। सुखा कहता कि धावी दे खाते है, फिर धावी कहता उड्डे उड पाऊंगा कबड्डिया, फिर धावी कहता उड्डे उड पाऊंगा कबड्डिया। वो कहते जिंदर की कबड्डी पैन लगी है, फिर सत भाई एक मिर्जा, बाकी किस्साकारा ने कली साहबा बुरी बनाती, मर्द हजारा ने कविया की इस गलती मैं किवें सुधार दिया। कुड़ीए किस्मत पुरी है तेनू इना प्यार देव, आ मटियार नू जिंदर कहते हैं। इन्हें पलट कबड्डी पलट कप दे विच बल्ले बल्ले कराई है, और दूजे पासे गोपी है इन कोतर शहर दी मटियार है। अज हरियाणे वालों और बड़े जत्थे लाई है एक पासे बल्ले 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 पॉइंट पंजाब दे हिस्से जुड़दा होया। आ चली है मेरे वीरो सुमन गिल कबड्डी पाउण दे लई, जेकर सुखी लिद्दरा वाली तीन जत्थे लाउंदी है ते इंकू हरियाणे वाला कहिंदे और इंकू संधु कहिंदे तीन जत्थे 500 दे होणगे, पर सामने सुमन गिल दी कबड्डी। आ कुड़ी है ओ जिन्नू कहिंदे एक्टवा देणी है मेरे भरा, और माण है मेरे वीरे यूएसए रहिंदा साडा भरा, ओहदे वल्लों वड्डे प्यार कहिंदे पितू नूं देणे आ। ला पी तेरे वाले आ ओ कहिंदे जसी जफर वाल गुरदासपुर वाली कबड्डी पाउंदी होई अहन अहन कहिंदे बल्ले बल्ले तुलसा हरियाणे वाली ओ फाटक बंद मेरे वीरे, के रण जितण लई सूरमा रहिंदा हरदम सदा त्यार, ओहदी जित हमेशा दोस्तो जिहड़ा पहला कर गया वार, ओहदी जित हमेशा दोस्तो जिहड़ा पहला कर गया वार। हल्ली कबड्डी पाउण दे लई हैप्पी त्यार बार त्यार है। उधर कहिंदे पंजाबियां ने सेंटर सरकार दे नाल पत्था लाया है, इधर कहते पंजाब ते हरियाणे की टक्कर, कहते खेड के मैदान कहते ब्यास एरिया भी सुखी है जिन्हें जफा लाया है। सुखी लिदरा वाली मेरे वीर पंज कबड्डी वर्ल्ड कप दे विच कुड़ी दे चर्चे हुए है। आ गई है राजू मेरे वीरो, आ कुड़ी दी दिख जिहड़ी आ ना ओ मुंडियां वर्गी है, इह खीरा वाली गग्गी दे भुलेखे पाउंदी है जिन्हें कबड्डी पा दित्ती है। कि समें दिओ लोको तोड़ दिओ कहावत दी जंजीर नूं, मुंडे लई ना पुज्जो किसे लाला वाले पीर नूं, ती जम्मी जे तूं मत्थे बट पावेगा होवेगा तूं वी सच्चा जट नहीं। अज दिओ सारे तुसीं कह दिओ जमाने नूं तीआं पुत्तां नालों किसे गल्लों घट नहीं, ਪੁੱਤਾਂ ਨੂੰ ਕਿਸੇ ਗੱਲੋਂ ਘੱਟ ਨਹੀਂ। ਜਿਨ੍ਹਾਂ ਜਿਨ੍ਹਾਂ ਨੂੰ ਮੈਚ ਵਧੀਆ ਲੱਗਿਆ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ, ਤਾੜੀ ਠੋਕ ਕੇ ਬਾਕੀ ਕੰਮ ਰੋਕ ਕੇ। ਉਹ ਸਾਹਮਣੇ ਕਹਿੰਦੇ ਸੁਮਣ ਦੀ ਪੈਂਦੀ ਹੋਰ ਰੇਡ ਦੇ ਉੱਪਰ ਕਿਹੜੀ ਖਿਡਾਰਨ ਜੱਫਾ ਲਾਏਗੀ, ਇੱਕ ਪਾਸੇ ਬੀਨੂੰ ਤਿਆਰ ਹੈ। ਅੱਜ ਕਹਿੰਦੇ ਸੁਖੀ ਦਾ ਪ੍ਰਦਰਸ਼ਨ ਵਿੱਚ ਕੋਟੀ ਦੇ ਰਿਹਾ, ਸਾਹਮਣੇ ਬੀਨੂੰ ਟਰਾਈ ਕਰਦੀ ਹੈ ਬਿੜਪੇ ਵਾਲੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ। तगड़ा मैच खेड कबड्डी का, अज बड़ा मैच आ खेड कबड्डी का। और माण वाली गल है कि धन धन बाबा महल बुखारी जी की धरती के उपर
ਵੱਡੀ ਗਿਣਤੀ ਦੇ ਵਿੱਚ ਦਰਸ਼ਕ ਵੀਰਾਂ ਦਾ ਸਮੁੰਦਰ ਵਾਂਗ ਠਾਠਾ ਮਾਰਦਾ ਹੋਇਆ ਹੜ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਾਡੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਜੀ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਅੱਜ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਬਾਬਾ ਜੀ ਦੀਆਂ ਖੱਪੀਆਂ ਸੱਜੀਆਂ ਬਾਵਾ ਇਸ ਇਲਾਕੇ ਦੀਆਂ ਪੁੱਜੀਆਂ ਵੱਡਾ ਪਿਆਰ ਦਿੱਤਾ ਜਾ ਰਿਹਾ ਇੱਧਰ ਜਿੰਦਰ ਦੀ ਕਬੱਡੀ ਆਹ ਗੋਪੀ ਨਕੋਦਰ ਵਾਲੀ ਇੱਕ ਪਾਸੇ ਹਰੇਰਾ ਤੇ ਦੂਜੇ ਪਾਸੇ ਪੰਜਾਬ ਉਧਰਲੇ ਪਾਸੇ ਦੇਖਾਂਗੇ ਆਓ ਪੁਆਇੰਟ ਟੈਕਨੀਕਲ ਪੁਆਇੰਟ ਰੇਡਰ ਦੇ ਹਿੱਸੇ ਆ ਇੱਕ ਮਿੰਟ ਆ ਜਿਹੜੇ ਸਾਡੇ ਭਰਾ ਕਿਰਪਾ ਕਰਕੇ ਮੇਲਾ ਵੇਖਣਾ ਉਹ ਗੁਰੂ ਘਰ ਦਾ ਬੜੇ ਪਿਆਰ ਦੇ ਨਾਲ ਬੈਠ ਕੇ ਦੇਖੋ ਕਿਉਂਕਿ ਖੁੰਝਿਆ ਵੇਲਾ ਹੱਥ ਨਹੀਂ ਆਉਂਦਾ ਐਨ ਬੜੇ ਪਿਆਰ ਦੇ ਨਾਲ ਇਹ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਵੇਲਾ ਹੱਥ ਨਹੀਂ ਆਉਂਦਾ ਬਾਅਦ ਦੇ ਵਿੱਚ ਪਛਤਾਉਣਾ ਪੈਂਦਾ ਕਿਰਪਾ ਕਰਕੇ ਮਹਾਂਪੁਰਸ਼ਾਂ ਵੱਲੋਂ ਵੀ ਬੇਨਤੀ ਹੈ ਗੁਰੂ ਘਰ ਆਏ ਜੇ ਖੁਸ਼ੀਆਂ ਲੈ ਕੇ ਆਏ ਖੁਸ਼ੀਆਂ ਲੈ ਕੇ ਹੱਸਦੇ ਵਾਪਸ ਜਾਓ ਆਓ ਪੁਆਇੰਟ ਕਹਿੰਦੇ ਇਸ ਵੇਲੇ ਹਰਿਆਣੇ ਦੇ ਹਿੱਸੇ ਜੁੜਦਾ ਹੋਇਆ ਮੇਰੇ ਵੀਰੋ ਪਿਆਰ ਤੇ ਸਤਿਕਾਰ ਦੇ ਨਾਲ ਅੱਜ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਸਾਹਮਣੇ ਰੇਡ ਪਾਉਣ ਦੇ ਲਈ ਆਓ ਸੰਮਨ ਚੱਲੀ ਆ ਮੇਰੇ ਵੀਰੋ ਇੱਧਰ ਬਾਬਾ ਜੋਗਾ ਸਿੰਘ ਜੀ ਅੱਜ ਵੱਡੀ ਜ਼ਿੰਮੇਵਾਰੀ ਆਹ ਗੱਗੋ ਬੂਹੇ ਵਾਲੇ ਨਿਸ਼ਾਨ ਨੂੰ ਦਿੱਤੀ ਆ ਉਹ ਤਾਹੀ ਤਾਂ ਟੀਮਾਂ ਬਾਬਾ ਜੀ ਬੰਬ ਬਣ ਕੇ ਆਈਆਂ ਨੇ ਉਹ ਤਾਹੀ ਤਾਂ ਟੀਮਾਂ ਬੰਬ ਬਣ ਕੇ ਆਈਆਂ ਇੱਕ ਪਾਸੇ ਸੁੰਮਲ ਇਸ ਵੇਲੇ ਰਾਜੂ ਦੀ ਕਬੱਡੀ ਜਿਹੜੀ ਹੈ ਖੇਡ ਮੈਦਾਨ ਦੇ ਵਿੱਚ ਗੋਪੀ ਖੜ ਗਈ ਹੈ ਬੱਲੇ ਅੱਗੇ ਖੜ ਕੇ ਹੌਸਲਾ ਕਰਕੇ ਪੂਤਰਿਆ ਸਾਣ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਵਲ ਹੁੰਦਾ ਟਿੱਬੀ ਲਾ ਕੇ ਡੇਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖ ਦੇ ਖੇਲਣ ਦਾ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਾਡੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਜੀ ਉਹਨਾਂ ਵੱਲੋਂ ਵੱਡਾ ਮਾਣ 500 ਰੁਪਇਆ ਪੰਜਾਬੀ ਮਾਂ ਬੋਲੀ ਦਾ ਪੁੱਜਿਆ ਹੈ ਕਿ ਵੱਡੇ ਅਸੀਰਵਾਦ ਵੱਡੇ ਪਿਆਰ ਜਿਹੜੇ ਦਿੱਤੇ ਗਏ ਹੈ ਕਿਉਂਕਿ ਸੰਤਾਂ ਮਹਾਂਪੁਰਖਾਂ ਦਾ ਅਸੀਰਵਾਦ ਹੀ ਬੜਾ ਵੱਡਾ ਹੁੰਦਾ ਪਰ ਫਿਰ ਵੀ ਪਿਆਰ ਜਿਹੜਾ 500 ਰੁਪਇਆ ਮਾਣ ਭੇਜਿਆ ਮੈਂ ਦਿਲੋਂ ਧੰਨਵਾਦ ਕਰਾਂਗਾ ਅੱਜ ਵੱਡੇ ਪਿਆਰ ਹੈ ਆਹ ਕਬੱਡੀ ਨੂੰ ਵੱਡੀ ਦੇਣਾ ਪਰ ਮਹਿਲ ਮੁਖਾਰੀ ਦੀ ਧਰਤੀ ਹੈ ਉਹ ਵੱਡੀ ਗਿਣਤੀ ਸੰਗਤਾਂ ਭੁੱਜੀਆਂ ਤੇ ਸਾਹਮਣੇ ਚੰਨੋ ਉਹ ਚੰਨੋ ਡੱਕ ਲੈਣ ਦੀ ਗੱਲ ਕਰਦੀ ਪਰ ਪੁਆਇੰਟ ਸੰਮਣ ਗਿੱਲ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਪਰ ਟਰੱਕ ਟੈਕਸੀ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾਂ ਤੇ ਕਾਲਜਾਂ 'ਚੋਂ ਮਾਂ ਬਾਪ ਦਾ ਨਾਂ ਚਮਕਾਉਣ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨਹੀਂ ਢੋਲ ਵੱਜੇ ਤੇ ਭੰਗੜੇ ਪਾਉਣ ਕੁੜੀਆਂ ਮੱਖਣ ਬੜਾਰ ਦੀ ਮੰਨ ਲੈਣ ਗੱਲ ਇੱਕੋ ਉਹ ਸੱਸਾਂ ਨੂੰ ਟਿੱਬੀ ਨਾਲ ਲਾਉਣ ਕੁੜੀਆਂ ਬਾਬਾ ਜੋਗਾ ਸਿੰਘ ਜੀ ਵੱਲੋਂ ਵੱਡੇ ਮਾਣ ਕਹਿੰਦੇ ਦੋਨਾਂ ਹੀ ਬੁਲਾਰਿਆਂ ਦੇ ਲਈ ਪੁੱਜੇ ਆ 500 ਦੇ ਸੱਚੇ ਪਾਤਸ਼ਾਹ ਦੀ ਮਿਹਰ ਹੈ ਛੋਟੀ ਉਮਰ ਦੇ ਵਿੱਚ ਹੀ ਐਨ ਕਹਿੰਦੇ ਵੱਡੀਆਂ ਪਦਵੀਆਂ ਇਧਰਲੇ ਪਾਸੇ ਜਿੰਦਰ ਦੀ ਕਬੱਡੀ ਦੂਜੇ ਪਾਸੇ ਗੋਪੀ ਕਹਿੰਦੇ ਨਕੋਦਰ ਵਾਲੀ ਹੈ ਕਿ ਮੇਰਾ ਨਕੋਦਰ ਸ਼ਹਿਰ ਮਹਾਨ ਕੁੜੇ ਹੇ ਦੁਆਬੇ ਦੀ ਜਦ ਜਾਣ ਕੁੜੇ ਉਧਰ ਕਹਿੰਦੇ ਨਿਸ਼ਾਨੇ ਵੀ ਜ਼ਿੰਮੇਵਾਰੀਆਂ ਐਨ ਕਹਿੰਦੇ ਦਿਲ ਦੇ ਨਾਲ ਨਿਭਾਈਆਂ ਨੇ ਪਹਿਲਾ ਮੈਚ ਸਾਹਮਣੇ ਚੁਰਮਣ ਦੀ ਕਬੱਡੀ ਆ ਪਵਨ ਦੀ ਕਬੱਡੀ ਆ ਇੱਕ ਕੰਨੀ ਤੇ ਚੰਨੋ ਆ ਆਹ ਦੂਜੀ ਕੰਨੀ ਤੇ ਬਿਨੂ ਤਿਰਬੇ ਵਾਲੀ ਹੈ ਨਾਲ ਸੁੱਖੀ ਲਿਦਰਾ ਵਾਲੀ ਆਹ ਮਾਨਸਾ ਵਾਲੀ ਪੀਤੂ ਵੀ ਕਹਿੰਦੇ ਇਸ ਵੇਲੇ ਵੱਧ ਵੱਧ ਕੇ ਟੱਚ ਮਾਰਨ ਦੀ ਕੋਸ਼ਿਸ਼ ਕਰਦੀ ਆ ਇੱਕ ਪਾਸੇ ਵੇਖਾਂਗੇ ਆਵਾ ਬਿਨੂ ਆਹ ਤਿਰਬੇ ਵਾਲੀ ਮੇਰੇ ਵੀਰੋ ਜਿਹੜੀ ਲੱਤੀ ਲੱਗੀ ਹੋਈ ਹੈ ਪੰਜਾਬ ਦੀ ਮਟਿਆਰ ਇਹ ਬੜੀ ਜ਼ਾਲਮ ਲੱਗਦਾ ਲੱਤੀ ਕੋਈ ਲੱਗਦਾ ਪੱਟੀ ਕੋਈ ਪੁੱਠੀ ਕੈਂਚੀ ਪਾ ਕੇ ਕਰੇ ਤੰਗ ਮਿੱਤਰੋ ਆਜੋ ਵੇਖ ਲੋ ਕਬੱਡੀ ਵਾਲੇ ਰੰਗ ਮਿੱਤਰੋ ਕਿ ਆਜੋ ਵੇਖ ਲੋ ਕਬੱਡੀ ਵਾਲੇ ਰੰਗ ਮਿੱਤਰੋ ਇਹਦੇ ਵਿੱਚ ਰੰਗ ਮਿੱਤਰੋ ਵਾਕੇ ਰੰਗ ਬੱਜੇ ਹੋਏ ਆ ਇਧਰਲੇ ਪਾਸੇ ਰਾਜੂ ਦੀ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਚਾਰ ਤਿਆਰ ਨੇ ਚਾਰ ਸਟਾਰ ਨੇ ਚਾਰੇ ਕਹਿੰਦੇ ਤਿਆਰ ਬਰ ਤਿਆਰ ਕਿਹੜੀ ਜਫਾ ਲਾਗੇ ਉਹ ਬੱਲੇ ਬੱਲੇ ਕਰਾਵੇਗੀ ਜਾਂ ਪੁਆਇੰਟ ਕਹਿੰਦੇ ਰੇਡਰ ਦੇ ਖਾਤੇ ਹੈ ਕਿ ਰੇਡਰ ਦੇ ਲਈ ਭਾਜ ਜ਼ਰੂਰੀ ਜਾਫੀ ਦੇ ਹੱਥ ਪੱਕੇ ਕਿ ਜਾਫੀ ਉਹੀ ਮੰਨਿਆ ਜਾਂਦਾ ਜਿਹੜਾ ਉੱਡਦੀ ਰੇਡ ਨੂੰ ਨੱਪੇ ਆਹ ਜਿਹੜਾ ਉੱਡਦੀ ਰੇਡ ਨੂੰ ਡੱਕੇ ਸਾਹਮਣੇ ਸੁੰਮਣ ਗਿੱਲ ਰੇਡ ਪਾਉਣ ਦੇ ਲਈ ਵੱਧਦੀ ਹੋਈ ਹੈ ਅੰਮ੍ਰਿਤਸਰ ਦੀਆਂ ਮਾਵਾਂ ਦਾ ਸੁਨਹਿਰੀ ਇਤਿਹਾਸ ਹੈ ਕਿ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡੱਕਰੇ ਝੋਲੀ ਪਾਉਂਦੀਆਂ ਨੇ ਉੱਚਾ ਸੁੱਟ ਕੇ ਬੋਲਦੇ ਨੇ ਜਿਆਂ ਤੇ ਭੋਰਾ ਫਿਰ ਵੀ ਘਬਰਾਉਂਦੀਆਂ ਨੇ ਲੱਦਰਾਂ ਵਾਲੀ ਸੁੱਖੀ ਆਵੇ
ही जोड़ दिता। वो पंजाबी जेकर मजा आता तो ताड़ी मार के दसो मेरे वीर। वाह बाबा जी तारियां में नहीं बजदियां, जेकर लोगों कुछ चंगा लगता ना कुछ बढ़िया लगता ता तारियां बजदियां। पासे एक सार सतनाम सिंह जी निजर मेंबर कमेटी उन्होंने वालों पुजे है। इधरले पासे कहिंदे जिंदर दी कबड्डी पै गई है, जिन्हें कहिंदे कबड्डी का वर्ल्ड कप खेडिया और कहिंदे टीवी स्क्रीनां दे उपर तकिया नाले कहिंदे साडी भैण गुरजीत कौर जिहदा पिंड आ म्यादियां कलां मेरे वीरो, ते जिन्हें हाकी दे विच बल्ले बल्ले कराई है इंडिया टीम वालों कहिंदे और माण खटिया उस भैण वालों दोनों टीमां दे लई 500 पुजा, पर सामने हरियाणा की सोरी और रेड पाउंदी है ते दूजे पासे सड़क बंद मेरे वीरो ताड़ी मार दे। बल्ली बल्ले है उधर कहते पली दे उस्ताद पली पहलवान जी भुपिंदर उस्ताद उन्होंने वालों वे माण पुजे है। नाल साडा भरा जसविंदर नीटा उन्होंने वालों बहुत सारा माण पुजा पंजाबी बोलों के लिए। नाल बाबा जोगा सिंह जी वालों बहुत सारे सन्मान पुजे हुए है। अंदरले पासे कहते राजू की कबड्डी पई हुई है, चार तैयार ने, चारे दे विचों कौन कहते जफा ला पॉइंट जोड़ेगी समाज सच्चा भी है क्योंकि सोहरे दाज मंगते है, महंगिया मोटरसाइकिल कारा मंगते है, ता गरीब समाज इन्हां धीआं नूं कुख विच कतल करांदा किसे ना किसे गल पिछे जरूर कोई ना कोई बुराई होंगी है। एक पासे पीतू आ और पीतू आ मेरे वीरो मानसे वाली खड़ गई है डक लैण दे लई गल करदी हुई, पर पॉइंट पवन हरियाणे दे लई जोड़दी हुई एक एक पॉइंट दे लई टीमां मैदान दे विच जूझदियां हुई। ओह कहिंदे जिंदर दी कबड्डी पैण लगी है, ऐन कहिंदे निशान ने कोई मालवे तो प्लेयर सद्या है, कोई कहिंदे मालवे तो सद्या, कोई माझे तो, कोई कहते दुआबे तो सद्या मैच, अगला भी कहते सिरे का खेडा जाएगा। इधरले पासे जिंदर की कबड्डी पै गई है, इन्हू कहते जफा औखा लगता है वर्ल्ड कप दे विच बल्ला रेल पाउण दे लई सुमन चली आ खिल मेरे वीरो। एक कुड़ी ने कहंदे नैनो गड्डी जित्ती आ मेरे वीरो पंज कबड्डी वर्ल्ड कप दे विच, आवो सुमन गिल एक कन्नी ते सुखी लिदरां वाली आ एक्टवां दी जेतू मेरे वीरो, ते दूजी कन्नी ते आवा सुखी ओ लिदरां वाली पुट्ठी पै गई है। बंदे दी पुट्ठी पई बंदा बच जांदा, पर जदों रब बंदे ते पुट्ठी पाउंदा ना फिर बंदा बहा खड़िया कर जांदा, पर लज्जना वाली सुखी ने अज मेला लुट लिया। कहते सुखी नहीं कैसी यारियां वाली होंगे कुरबान मित्रो, कैसी यारियां वाली होंगे कुरबान मित्रो, ते वैरियां वाली बनदे तूफान मित्रो। खूब दित्तियां ने बाबे ने दलेरियां नहीं ओ घबराउणा जान दे, ते माझे वाले पक्कियां कन्नां च किल राजू दी पै गई खेल मैदान दे विच। आओ वेखांगे राजू भज्जी आ रही है, बड़ा प्यार है कि पुत्रां वांगू जिद नहीं करदियां अगे हो रहन लड़दियां, फिर भी कहण निकम्मियां माए नी धीआं झड़का झड़का। सामने कबड्डी पै गई हैप्पी दी, ऐन कहिंदे मैच सिरे दा है आखरी पड़ा दे विच, कहिंदे घुमदी होई चैन ऐन कहिंदे डबल टच, शिंदो भी पै गई ते मिंदो भी पै गई ऐन कहिंदे डबल टच। पैगनी गल पॉइंट उधर किसानी संघर्ष की गल है, कित्थों चंगी सरकार तेनू कह दिए सुखी लोपो किवें चुप कर बह जाइए, साडी चढ़दी जवानी लादी चिट्टे ते प्यो दादे लाई रखिया शराब ते, दिल्ली बोलन पंजाबी भाषा मारती हुण अख रखी बैठे पंजाब ते
ਹੋ ਕਹਿੰਦੇ ਮਾਝੇ ਦੀ ਧਰਤੀ ਜ਼ਿਲ੍ਹਾ ਅੰਮ੍ਰਿਤਸਰ ਦਾ ਕਹਿੰਦੇ ਮੈਲ ਬੁਖਾਰੀ ਨਗਰ ਜਿੱਥੇ ਕਹਿੰਦੇ ਵੀ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਹੋ ਕਹਿੰਦੇ ਸਵੇਰੇ ਦਾ ਮੈਚ ਜਿੰਦਰ ਦੀ ਕਬੱਡੀ ਪੈ ਗਈ ਹੋ ਸਾਹਮਣੇ ਗੋਪੀ ਨਕੋਦਰ ਵਾਲੀ ਮੇਰੇ ਵੀਰਿਓ ਹੋ ਹਰਿਆਣੇ ਦੇ ਲਈ ਇੱਕ ਅੰਕ ਦਾ ਵਾਧਾ ਕਰ ਗਈ ਹੈ ਵੱਡਾ ਮੈਚ ਹੈ ਕਬੱਡੀ ਦਾ ਮੇਰੇ ਵੀਰਿਓ ਹੋ ਤਕੜਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਅੱਜ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਕਿ ਧੀਆਂ ਕਿਹੜੀਆਂ ਰਾਤ ਨੂੰ ਉੱਠ ਉੱਠ ਖਾਂਦੀਆਂ ਨੇ ਮਾਂ ਬਾਪ ਦੇ ਦੁੱਖ ਵਿੱਚ ਜੈ ਵੱਡੀ ਦੀਆਂ ਮਰ ਮਰ ਜਾਂਦੀਆਂ ਨੇ ਜਦ ਜਵਾਨ ਧੀ ਵੱਲ ਲੋਕੀ ਨਜ਼ਰਾਂ ਭਰਦੇ ਆ ਬਸ ਇਸੇ ਗੱਲ ਤੋਂ ਲੋਕ ਧੀ ਜੰਮਣ ਤੋਂ ਡਰਦੇ ਆ ਸਾਹਮਣੇ ਹਰਿਆਣੇ ਦੀ ਮੁਟਿਆਰ ਰੇੜ ਪਾਉਂਦੀ ਆ ਲੱਦਰਾਂ ਵਾਲੀ ਸੁੱਖੀ ਉਹ ਡੱਕ ਲੈਣ ਦੀ ਗੱਲ ਕਰਦੀ ਆ ਪਰ ਪੁਆਇੰਟ ਹਰਿਆਣੇ ਦੇ ਲਈ ਜੁੜਦਾ ਹੋਇਆ ਵੱਡਾ ਮੈਚ ਕਬੱਡੀ ਦਾ ਅਗਲਾ ਮੈਚ ਜਿਹੜਾ ਉਹ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਰਿਆਲਾ ਬਲਕਾਰਾ ਬੰਨ ਟੀਮ ਲੈ ਕੇ ਪੁੱਜਾ ਤੇ ਦੂਜੇ ਪਾਸੇ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਟਪੱਲਿਆਂ ਵਾਲਾ ਬੱਲਾ ਆ ਗਿਆ ਨਾਲ ਕਹਿੰਦੇ ਬਲਕਾਰਾ ਵੀ ਖੇਡ ਮੈਦਾਨ ਦੇ ਵਿੱਚ ਐਂਟਰੀ ਕਰ ਗਿਆ ਸਿਰੇ ਦੀ ਹੋਵੇਗੀ ਐਨ ਕਹਿੰਦੇ ਕਬੱਡੀ ਪੈ ਰਹੀ ਹੈ ਰਾਜੂ ਦੀ ਖੇਡ ਦੇ ਮੈਦਾਨ ਦੇ ਵਿੱਚ ਐਨ ਕਹਿੰਦੇ ਕੁਝ ਕੀ ਰੇਡਾਂ ਦਾ ਫੈਸਲਾ ਬਾਕੀ ਹੈ ਨਾਲ ਹੀ ਕਹਿੰਦੇ 9 ਤਰੀਕ ਨੂੰ ਰੌਣਕਾਂ ਕੈਂਪਰ ਦੀ ਧਰਤੀ ਦੇ ਲੱਗਣੀਆਂ ਨੇ 10 ਨੂੰ ਕਹਿੰਦੇ ਠੱਠੇ ਦੀ ਧਰਤੀ ਦੇ ਲੱਗਣੀਆਂ ਨੇ 13 ਤਰੀਕ ਕਹਿੰਦੇ ਖਤਰਾਏ ਖੁਰਦੀ ਕਬੱਡੀ ਕੱਪ ਦੀਆਂ ਬਾਬਾ ਬਹਾਦਰ ਸਿੰਘ ਜੀਆਂ ਦੇ 2 ਤਰੀਕ ਨੂੰ ਰੌਣਕਾਂ ਕਹਿੰਦੇ ਵੀ ਜਹਾਂਗੀਰ ਦੇ ਵਿੱਚ ਲੱਗਣੀਆਂ ਨੇ ਸੰਗਤਾਂ ਨੋਟ ਕਰਨਗੀਆਂ ਹੋ ਕਹਿੰਦੇ ਸੁੱਖੇ ਦਾ ਇਸ਼ਾਰਾ ਇੱਕ ਇੱਕ ਕਬੱਡੀ ਹੈ ਸੁਮਨ ਗਿੱਲ ਦੀ ਕਬੱਡੀ ਅੱਜ ਕਹਿੰਦੇ ਸੁੱਖੀ ਨੇ ਮੇਲਾ ਲੁੱਟਣ ਵਾਲੀ ਗੱਲ ਕਰਦੀ ਹੈ ਮੇਰੇ ਪੰਜਾਬੀ ਵੀਰ ਹੋ ਸੁੱਖੀ ਸੁੱਖੀ ਸੁਮਨ ਗਿੱਲ ਆਓ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਲਈ ਜੋੜਦੀ ਹੋਏ ਐ ਚੋਟੀ ਦਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਅਗਲੀ ਰੇਡ ਕਹਿੰਦੇ ਜੰਦਰ ਪਾਉਣ ਦੇ ਲਈ ਤਿਆਰ ਆ ਉਧਰ ਸਾਡੇ ਪ੍ਰਧਾਨ ਸਰਦਾਰ ਸ਼ਮਸ਼ੇਰ ਸਿੰਘ ਜੀ ਨਾਲ ਸਾਡਾ ਭਰਾ ਮਨਦੀਪ ਸਿੰਘ ਜੀ ਖਜਾਨਜੀ ਸਰਦਾਰ ਜਸਵਿੰਦਰ ਸਿੰਘ ਜੀ ਨਿੱਜਰ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਨਿੱਜਰ ਸਾਹਿਬ ਤੇ ਸਾਡੇ ਸਰਦਾਰ ਚਰਨਜੀਤ ਸਿੰਘ ਜੀ ਨਿੱਜਰ ਸਾਹਿਬ ਤੇ ਸਰਦਾਰ ਗੁਰਚਰਨ ਸਿੰਘ ਜੀ ਭਿੰਡਰ ਸਾਹਿਬ ਭਰਾਵਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਇਹ ਸਾਰੇ ਸੱਜਣਾਂ ਦਾ ਧੰਨਵਾਦ ਜਿਨ੍ਹਾਂ ਸਾਂਭਿਆ ਵਿਰਸਾ ਸਾਡਾ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਂਦੇ ਮੇਰਾ ਸੋਨੇ ਅਤੇ ਸੁਹਾਗਾ ਕੇ ਹੀਰੇ ਦਾ ਮਲਜੌਰੀ ਜਾਣੇ ਜੇ ਕੋਈ ਅਸਲ ਪਹਿਚਾਣੇ ਕਬੱਡੀ ਕੋਹੇ ਨੂਰ ਹੋ ਗਈ ਇਹਨੂੰ ਕੋਈ ਕਬੱਡੀ ਨਾ ਜਾਣੇ ਕਬੱਡੀ ਕੋਹੇ ਨੂਰ ਹੋ ਗਈ ਇਹਨੂੰ ਕੋਈ ਸਾਡਾ ਭਰਾ ਦਿਲਬਾਗ ਘਰਿਆਲਾ ਨਾਲ ਸ਼ਮਸ਼ੇਰ ਸਿੰਘ ਜੀ ਸ਼ੇਰਾ ਤੇ ਨਾਲ ਸਾਡੇ ਭਰਾ ਜਿੰਨੇ ਵੀ ਅਫੀਸਲ ਪੁੱਜੇ ਨੇ ਸਰਬਕੁਟੀਆ ਸੁੱਖਾ ਮੈਂ ਦਿਲੋਂ ਧੰਨਵਾਦ ਕਰਾਂਗਾ ਥਾਂਦਿਆਂ ਵਾਲਾ ਕਿੰਦਰ ਆ ਗਿਆ ਖੇਡ ਮੈਦਾਨ ਦੇ ਵਿੱਚ ਮੈਂ ਦੇਖਦਾ ਕਿ ਦੁਨੀਆਂ ਦੇ ਸੁਪਰ ਸਟਾਰ ਜਿਹੜੇ ਉਹ ਖੇਡ ਮੈਦਾਨ ਦੇ ਵਿੱਚ ਪੁੱਜੇ ਨੇ ਉਹ ਕਹਿੰਦੇ ਰਮੀਦੀ ਵਾਲਾ ਚੌਲ ਆ ਗਿਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮਨਿੰਦਰ ਕਹਿੰਦੇ ਚੱਕੀ ਆ ਗਿਆ ਰਮਦਾਸ ਵਾਲਾ ਅਮਨ ਕਹਿੰਦੇ ਪੁਲਸੀ ਆ ਗਿਆ ਚੰਡੇਰਾ ਵਾਲਾ ਨਾਲ ਕਹਿੰਦੇ ਛੋਟਾ ਮਹਿੰਦੀ ਆ ਗਿਆ ਤੇ ਬਲਕਾਰਾ ਕਹਿੰਦੇ ਪੁੱਜ ਗਿਆ ਖੇਡ ਮੈਦਾਨ ਦੇ ਵਿੱਚ ਲੈ ਵੀ ਪ੍ਰਾਚੇ ਇੱਕ ਸਿਫਾਰਿਸ਼ ਆਈ ਹੈ ਕੋਈ ਵੀਰ ਕਹਿੰਦਾ ਵੀ ਸ਼ੇਰ ਸੁਣਾ ਦਿਓ ਨਾਲ ਮਾਨ ਤੇ ਸਨਮਾਨ ਵੀ ਕਰਕੇ ਗਿਆ ਹੈ ਸੰਤਾਂ ਨੂੰ ਕਹਿੰਦੇ ਵਾਕਿਆ ਲੋਕ ਪਿਆਰ ਕਰਦੇ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਜਿਹੜੇ ਪਿਆਰ ਕਰਦੇ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਮੇਰੇ ਵੀਰੋ ਬਹੁਤ ਵੱਡਾ ਧੰਨਵਾਦ ਕਹਿੰਦੇ ਲੈਣਾ ਖਿੱਚ ਗਿਆ ਸਿਕੰਦਰ ਤੇ ਅੱਤ ਕਰਾ ਗਿਆ ਪੋਰਸ ਲੈਣਾ ਖਿੱਚ ਗਿਆ ਸਿਕੰਦਰ ਤੇ ਅੱਤ ਕਰਾ ਗਿਆ ਪੋਰਸ ਰਾਜ ਹੋਇਆ ਨੀ ਮਹਾਰਾਜੇ ਰਣਜੀਤ ਵਰਗਾ ਲੀਰੇ ਲਾ ਕੇ ਥਾਪੀ ਮਾਰਦੇ ਬੜੇ ਦੇਖੇ ਰੇਡਰ ਉੱਠਿਆ ਨੀ ਬਾਜੇ ਦੇ ਹਰਜੀਤ ਵਰਗਾ ਬਰਗਰ ਪੀਜੇ ਫਿੱਕੇ ਪੈ ਜਾਂਦੇ ਰੋਟੀ ਮੱਕੀ ਦੀ ਹੋਵੇ ਨਾਲ ਸਾਗ ਦੇ ਤੇ ਡੱਡੂ ਖਾਣੇ ਇੱਥੇ ਬੜੇ ਫੜੀ ਫਿਰਦੇ ਪਤਾ ਲੱਗਦਾ ਜਦੋਂ ਪੇਚਾ ਪੈਂਦਾ ਨਾਲ ਕਾਲੇ ਨਾਗ ਦੇ ਤੇ ਰਾਜਗੁਰੂ ਸੁਖਦੇਵ ਸਰਾਭੇ ਵਾਂਗੂ ਕਿਸੇ ਨੀ ਫਾਂਸੀ ਮੂਹਰੇ ਸੀਨਾ ਤਣਨਾ ਲੱਕੜ ਦੇ ਬਾਲੇ ਦੇ ਜੇਕਰ ਟਾਟਾ ਲਿਖ ਦਈਏ ਉਹਨੇ ਕਦੇ ਗਾਡਰ ਨਹੀਂ ਬਣਨਾ ਤੇ ਹੱਥ ਚ ਤੁੰਬੀ ਫੜ ਕੇ ਸਟੇਜਾਂ ਉੱਤੇ ਚੜ ਕੇ
दो गाणियां दा किंग बनदा बड़े सिंगरां ने कीता हीला सड़क ते कच वांगू पए अज भी चमकदे ददार संधु ते चमकीला कुर्ता पजामा जे बनाया होवे रूह ना ते टुई भनदा जीण दी इंडिया च ट्रैक्टर बड़े आ गए पर 855 ने जीव कढ़ाई आ तूड़ी वाली मशीन दी मोटरसाइकिल जिन्ने मर्जी लै लो नजारा है नी बुलट दे गेर वर्गा कि असला तां बाबिआं ने बहुत रखिआ पर दबका है नी ਪੰਡਰਾਂ ਵਾਲੇ ਸ਼ੇਰ ਵਰਗਾ ਪਰ ਦਬਕਾ ਹੈ ਨੀ ਪੰਡਰਾਂ ਵਾਲੇ ਸ਼ੇਰ ਵਰਗਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਕੌਮ ਦੇ ਇੱਕ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਦਾ ਨਾਂ ਅੱਜ ਵੀ ਦਿੱਲੀ 'ਚ ਜਾ ਕੇ ਲੈ ਦਈਏ ਨਾ ਤੇ ਲਾਲੇ ਕੁਰਸੀਆਂ ਮੇਜ਼ਾਂ ਦੇ ਥੱਲੇ ਵੜ ਜਾਂਦੇ ਆ ਇਹੋ ਜਿਹੀ ਜੁਰਤ ਵਾਲੇ ਪੁੱਤਰ ਪੰਜਾਬ ਦੀਆਂ ਸ਼ੇਰ ਮਾਵਾਂ ਪੈਦਾ ਕਰਦੀਆਂ ਨੇ ਤੇ ਜੰਮਿਆਂ ਰੋਡੇ ਪਿੰਡ ਵਿੱਚ ਸੂਰਾ ਕੀਣੀ ਲਓ ਬੈਸਟ ਰੇਡਰ ਬਾਰੇ ਸੁਮਣ ਦੀਆਂ 11 ਰੇਡਾਂ ਤੇ 3 ਜੱਫੇ ਤੇ ਰਾਜੂ ਦੀਆਂ 11 ਤੇ 4 ਜੱਫੇ ਜਿੰਦਰ ਦੇ 11 ਚੋਂ 2 ਜੱਫੇ ਤੇ ਬੈਸਟ ਰੇਡਰ ਅੱਜ ਦੇ ਖੇਡ ਮੇਲੇ ਦੀ ਪੰਜਾਬ ਦੀ ਮਟਿਆਰ ਜਿੰਦਰ ਮੇਰੇ ਵੀਰੋ ਤਾੜੀ ਜ਼ੋਰਦਾਰ ਮਾਰ ਦਿਓ ਪੰਜਾਬ ਵੱਲੋਂ ਖੇਡੀ ਸੀ ਜਿੰਦਰ ਅੱਜ ਦੀ ਸਰਬੋਤਮ ਰੇਡਰ ਰਹੀ ਹੈ ਬੈਟ ਜਾਫੀ ਤੁਲਸਾ ਦੇ 4 ਜੱਫੇ ਸੁੱਖੀ ਦੇ 6 ਜੱਫੇ ਤਾਰੀ ਜ਼ੋਰਦਾਰ ਲੱਦਰਾਂ ਵਾਲੀ ਸੁੱਖੀ ਪੰਜਾਬ ਵੱਲੋਂ ਉਹ ਸਰਬੋਤਮ ਜਾਫੀ ਰਹੀ ਹੈ ਮਾਣ ਇਹ ਤੀਆਂ ਪੰਜਾਬ ਦੇ ਲਈ ਮੇਰੇ ਪੰਜਾਬੀ ਵੀਰਿਓ